ਇੱਕ ਨਾ ਕਿਸੇ ਇਹਨਾਂ ਨਾਲ ਅਕਾਲੀ ਦਲ ਨਾਲ ਉਹ ਹੋਈ ਹੈ, ਮੈਂ ਦੱਸਦਾ ਤੁਹਾਨੂੰ। ਇੱਕ ਕਿਸੇ ਘਰੇ ਨਾ ਬਿੱਲੀ ਆ ਗਈ, ਬਿੱਲੀ ਭਾਂਡੇ ਭੁੰਡੇ ਜੂਠੇ ਕਰ ਦਿਆ ਕਰੇ, ਦੁੱਧ ਪੀ ਜਿਆ ਕਰੇ। ਉਹਨਾਂ ਦੇ ਬੁੜੇ ਨੂੰ ਬਹੁਤ ਗੁੱਸਾ ਆਇਆ, ਕਹਿੰਦਾ ਮੈਂ ਬਿੱਲੀ ਨੂੰ ਬੋਰੀ 'ਚ ਪਾ ਕੇ ਦੂਰ ਛੱਡ ਕੇ ਆਉਣਾ। ਉਹਨੇ ਬਿੱਲੀ ਨੂੰ ਬੋਰੀ 'ਚ ਪਾਇਆ, ਦੂਰ ਛੱਡਤੀ। ਬੁੜਾ ਬਾਅਦ 'ਚ ਆਇਆ, ਬਿੱਲੀ ਪਹਿਲਾਂ ਆ ਗਈ ਘਰੇ। ਹੁਣ ਦੇਖ ਲਿਓ ਅਕਾਲੀ ਦਲ ਦਾ ਹਾਲ। ਅਗਲੇ ਦਿਨ ਫਿਰ ਗੁੱਸਾ ਆਇਆ ਉਹਨੂੰ, ਬੁੜੇ ਨੂੰ ਕਹਿੰਦਾ ਫਿਰ ਆ ਗਈ ਯਾਰ ਇਹ। ਇਹਨੂੰ ਕਹਿੰਦਾ ਬੋਰੀ 'ਚ ਪਾ ਕੇ ਮੈਂ ਹੋਰ ਦੂਰ ਛੱਡ ਕੇ ਆਉਣਾ। ਹੋਰ ਦੂਰ ਛੱਡ ਕੇ ਆਇਆ, ਉਹੀ ਗੱਲ ਫਿਰ ਹੋਈ। ਬੁੜਾ ਬਾਅਦ 'ਚ ਆਇਆ, ਬਿੱਲੀ ਫਿਰ ਘਰੇ ਆ ਗਈ ਪਹਿਲਾਂ। ਉਹ ਕਹਿੰਦਾ ਅੱਛਾ, ਇਹ ਹੁਣ ਮੇਰੇ ਸਬਰ ਦਾ ਧਿਆਨ ਲੈਂਦੀ ਹੈ। ਇਹਨੂੰ ਕਹਿੰਦਾ ਹੁਣ ਬੋਰੀ 'ਚ ਪਾ ਕੇ ਨਾ ਬਹੁਤ ਜ਼ਿਆਦਾ ਦੂਰ ਛੱਡ ਕੇ ਆਉਣਾ, ਬਹੁਤ ਜ਼ਿਆਦਾ ਦੂਰ ਛੱਡਿਆ। ਛੱਡ ਕੇ ਉੱਥੋਂ ਇੱਕ ਘੰਟੇ ਬਾਅਦ ਆਪਦੇ ਘਰੇ ਆਪਦੇ ਮੁੰਡੇ ਨੂੰ ਫੋਨ ਕੀਤਾ ਬੁੜੇ ਨੇ, ਕਹਿੰਦੇ ਪੁੱਤ ਬਿੱਲੀ ਪਹੁੰਚ ਗਈ ਘਰੇ। ਉਹ ਕਹਿੰਦਾ ਬਾਪੂ ਤਾਂ ਅੱਧਾ ਘੰਟਾ ਹੋ ਗਿਆ ਪਹੁੰਚੀ ਨੂੰ। ਕਹਿੰਦਾ ਪੁੱਤ ਫਿਰ ਬਿੱਲੀ ਨੂੰ ਭੇਜ ਦੇ, ਮੈਂ ਘਰ ਭੁੱਲਿਆ ਫਿਰਦਾ ਯਾਰ। ਆਹ ਹਾਲਤ ਹੈ ਅਕਾਲੀ ਦਲ ਦੀ। ਇਹ ਅਸਲੀ ਮੁੱਦਿਆਂ ਨੂੰ ਬੋਰੀ 'ਚ ਪਾ ਕੇ ਛੱਡ ਕੇ ਆਉਂਦੇ ਰਹੇ, ਮੁੱਦੇ ਵਾਪਸ ਇੱਥੇ ਹੀ ਆਉਂਦੇ ਰਹੇ, ਹੁਣ ਆਪਦਾ ਆਪ ਘਰ ਭੁੱਲੇ ਫਿਰਦੇ ਨੇ ਹੁਣ ਕਿ ਜਾਈਏ ਕਿੱਧਰ ਨੂੰ। ਆਹ ਹਾਲਤ ਇਹਨਾਂ ਦੀ। ਫਿਰ ਕਹਿੰਦੇ ਨੇ ਬੋਲਦਾ ਜੀ, ਮੈਂ ਹੁਣ ਕੀ ਕਰਾਂ, ਮੈਂ ਬੋਲਣ ਲੱਗ। ਸੋ ਇਹ ਇੱਦਾਂ ਕਬੂਤਰ ਦੀਆਂ ਅੱਖਾਂ ਮੀਚੜਨਾ, ਬਿੱਲੀਆਂ ਭੱਜਦੀਆਂ ਨਹੀਂ। ਮੁੱਦਿਆਂ ਦਾ ਸਾਹਮਣਾ ਕਰਾਂਗੇ, ਸਟਰਗਲਰ ਹਾਂ। ਆਪਣੇ ਬਜ਼ੁਰਗਾਂ ਨੂੰ ਦੋ ਦੋ ਵਾਰੀ ਲੜਨਾ ਪਿਆ। ਜਦੋਂ ਇੱਧਰੋਂ ਮੁਗਲ ਲੁੱਟਣ ਆਉਂਦੇ ਸੀ ਦਿੱਲੀ ਨੂੰ, ਇੱਕ ਵਾਰੀ ਜਾਂਦੇ ਹੋਏ ਦਿੱਲੀ ਨੂੰ ਉਦੋਂ ਲੜਦੇ ਸੀ ਸਾਡੇ ਬਜ਼ੁਰਗ, ਇੱਕ ਵਾਰੀ ਜਦੋਂ ਲੁੱਟ ਕੇ ਵਾਪਸ ਆਉਂਦੇ ਸੀ ਉਦੋਂ ਲੜਦੇ ਸੀ। ਦੋ ਦੋ ਵਾਰੀ ਲੜਨਾ ਪੈਂਦਾ ਸਾਡੇ ਬਜ਼ੁਰਗਾਂ ਨੂੰ। ਆ ਜਾਂਦਾ ਸੀ ਆ ਜਿਹੜਾ ਜਿਹਨੂੰ ਆਪਾਂ ਸ਼ੇਰ ਸ਼ਾਹ ਸੂਰੀ ਮਾਰਗ ਕਹਿੰਦੇ ਹਾਂ ਨਾ, ਇਹੀ ਸੀ ਸਰ ਲਾਹੌਰ ਅੰਮ੍ਰਿਤਸਰ। ਤਾਂ ਸਾਡੇ ਤਾਂ ਬਲੱਡ 'ਚ ਫਾਈਟ ਹੈ ਯਾਰ। ਇਹਨਾਂ ਦਾ ਨਾ ਤਾਂ ਕੋਈ ਗੱਲ ਹੈ ਇਹਨਾਂ ਕੋਲ, ਨਾ ਕੋਈ ਮੁੱਦਾ ਹੈ। ਭਗਵੰਤ ਮਾਨ, ਭਗਵੰਤ ਮਾਨ, ਬਸ ਹੋਰ ਕੋਈ ਮੁੱਦਾ ਨਹੀਂ। ਲੈ ਹੁਣ ਆਹ ਜਮਾਂ ਨਹੀਂ ਦੱਸਦੇ ਆਹ ਗੱਲ ਵੀ ਅਸੀਂ 44,666 ਨੌਕਰੀ ਦਿੱਤੀਆਂ, ਕਦੇ ਨਹੀਂ ਗੱਲ ਕਰਦੇ ਵੀ ਅਸੀਂ ਬਿਜਲੀ ਦੇ ਬਿੱਲ 90% ਘਰਾਂ ਨੂੰ ਬਿਜਲੀ ਦਾ ਬਿੱਲ ਨਹੀਂ ਆਉਂਦਾ, ਕਦੇ ਨਹੀਂ ਗੱਲ ਕਰਦੇ ਵੀ ਅਸੀਂ 1 ਕਰੋੜ ਰੁਪਈਆ ਸ਼ਹੀਦਾਂ ਦੇ ਜਾਂ ਪੁਲਿਸ ਵਾਲਿਆਂ ਦੇ ਪਰਿਵਾਰ ਦੇ ਸਨਮਾਨ ਵਾਸਤੇ ਦਿੰਦੇ ਹਾਂ ਜੇ ਕੋਈ ਸ਼ਹੀਦ ਹੋ ਜੇ, ਕਦੇ ਨਹੀਂ ਗੱਲ ਕਰਦੇ ਵੀ ਅਸੀਂ ਘਰ ਘਰ ਰਾਸ਼ਨ ਕਾਰਡ ਜਿਹੜਾ ਉਹ ਰਾਸ਼ਨ ਪਹੁੰਚਾਉਣ ਵਾਸਤੇ ਸਕੀਮ ਸ਼ੁਰੂ ਕੀਤੀ, ਕਦੇ ਨਹੀਂ ਗੱਲ ਕਰਦੇ। ਆਉਣ ਵਾਲੇ ਦਿਨਾਂ 'ਚ ਹੋਰ ਵੱਡੇ ਫੈਸਲੇ ਕਰਨ, ਕਦੇ ਗੱਲ ਕਰਦੇ। ਮੈਂ ਭਗਵੰਤ ਮਾਨ ਹੈ, ਭਗਵੰਤ ਮਾਨ ਹੈ, ਭਗਵੰਤ ਮਾਨ ਹੈ, ਕਿਉਂ ਆ ਗਿਆ ਇਹ, ਇੱਥੇ ਕਿਉਂ ਆ ਗਿਆ ਇਹ, ਪਸਾਈ ਪੰਗਾ ਕਿਉਂ ਆ ਗਿਆ ਇਹ। ਇਹਨਾਂ ਨੂੰ ਇਹ ਸੀਗਾ ਕਿ ਇੱਥੇ ਸਾਡੇ ਧੀਆਂ ਪੁੱਤੀ ਬਹਿੰਦੇ ਹੁੰਦੇ ਨੇ, ਕੀ ਗੱਲ ਬਈ। ਇਹਨਾਂ ਨੇ ਠੇਕਾ ਲਿਆ ਉਹਨਾਂ ਕੁਰਸੀਆਂ ਦਾ, ਡੈਮੋਕ੍ਰੇਸੀ ਹੈ, ਤੁਸੀਂ ਆ ਜਾਓ, ਤੁਸੀਂ ਜਿੱਤ ਲਓ, ਥੋੜ੍ਹੀਆਂ ਕਰਤੂਤਾਂ ਕਰਕੇ ਤੁਹਾਨੂੰ ਵੋਟਾਂ ਨਹੀਂ ਪਾਉਂਦੇ ਲੋਕ। ਕੀ ਕੁਛ ਹੋਇਆ ਇੱਥੇ ਪੰਜਾਬ 'ਚ ਦੇਖੋ। ਆ ਹੁਣ ਜਾ ਕੇ ਉੱਥੇ ਹਰ ਰੋਜ਼ ਉੱਥੇ ਅਕਾਲ ਤਖਤ ਸਾਹਿਬ 'ਤੇ ਜਾ ਕੇ ਮਾਫ਼ੀ ਮੰਗਣ ਚਲੇ ਜਾਂਦੇ ਨੇ, ਨਾ ਇਹ ਦੱਸਦੇ ਨੇ ਕੀ ਕਰਨਾ ਜੀ, ਮਾਫ਼ੀ ਮੰਗਣਾ ਕਾਹਦੀ ਜੀ, ਗਲਤੀਆਂ ਦੀ। ਕਿਹੜੀਆਂ ਗਲਤੀਆਂ ਜੀ, ਪਤਾ ਨਹੀਂ ਜੀ, ਕਰਨ ਕੀ ਆਏ ਹੋ, ਮਾਫ਼ੀ ਮੰਗਣਾ ਜੀ, ਕਾਹਦੀ ਜੀ, ਗਲਤੀਆਂ ਜੀ। ਉਹ ਇੱਕ ਬੰਦੇ ਨੂੰ ਪੁਲਿਸ ਪੁੱਛ ਗਿੱਛ ਕਰ ਰਹੀ ਸੀ, ਕਹਿੰਦਾ ਹਾਂ ਬਈ ਕਸੂਰ ਕੀ ਹੈ ਤੇਰਾ, ਕਹਿੰਦਾ ਮੈਂ ਕਤਲ ਕੀਤਾ ਜੀ। ਅੱਛਾ ਕਤਲ ਤੈਂ ਕੀਤਾ, ਕਹਿੰਦਾ ਹਾਂ ਮੈਂ ਕੀਤਾ ਜੀ। ਕਹਿੰਦਾ ਲਾਸ਼ ਕਿੱਥੇ ਹੈ, ਕਹਿੰਦਾ ਮੈਂ ਅੱਗ ਲਾ ਕੇ ਫੂਕਤੀ ਜੀ। ਕਹਿੰਦਾ ਚੱਲ ਜਿੱਥੇ ਫੂਕੀ ਉੱਥੇ ਲੈ ਕੇ ਚੱਲ, ਕਹਿੰਦਾ ਉਹ ਟਰੈਕਟਰ ਨਾਲ ਵਾਹਤਾ ਜੀ ਉਸ। ਕਹਿੰਦਾ ਚੱਲ ਟਰੈਕਟਰ ਨਾਲ ਵਾਹਿਆ ਹੋਇਆ ਦਿਖਾ ਉੱਥੇ ਜਗ੍ਹਾ। ਕਹਿੰਦੇ ਉਹਦਾ ਉੱਤੇ ਇੱਟਾਂ ਲਾਤੀਆਂ ਸੀ। ਕਹਿੰਦਾ ਚੱਲ ਇੱਟਾਂ ਦਿਖਾ, ਕਹਿੰਦੇ ਉਹਦਾ ਉੱਤੇ ਛੱਤ ਪਾ ਕੇ ਘਰ ਪਾਤਾ ਸੀਗਾ ਜੀ। ਕਹਿੰਦਾ ਚੱਲ ਛੱਤ ਦਿਖਾ, ਕਹਿੰਦਾ ਜਿਹੜਾ ਪਿਛਲੇ ਭੁਚਾਲ ਆਇਆ ਸੀ ਉਹ 'ਚ ਛੱਤ ਢਹਿ ਗਈ ਸੀਗੀ ਜੀ। ਉਹ ਕਹਿੰਦਾ ਚੱਲ ਮਲਬਾ ਦਿਖਾ, ਕਹਿੰਦਾ ਉਹ ਤਾਂ ਗੁਆਂਢੀਆਂ ਨੂੰ ਵੇਚਤਾ ਸੀਗਾ ਜੀ। ਕਹਿੰਦਾ ਚੱਲ ਗੁਆਂਢੀ ਨੂੰ ਮਿਲਾ, ਕਹਿੰਦਾ ਉਹਦਾ ਤਾਂ ਕਤਲ ਹੋ ਗਿਆ ਜੀ। ਕਹਿੰਦਾ ਕਤਲ ਕੀ ਨਹੀਂ ਕੀਤਾ, ਕਹਿੰਦਾ ਮੈਂ ਕੀਤਾ ਜੀ। ਉਹ ਕਹਿੰਦਾ ਫੇਰ ਉੱਥੇ ਹੀ ਆ ਗਿਆ ਯਾਰ ਤੂੰ,
ਫੇਰ ਉੱਥੇ ਹੀ ਆ ਗਿਆ ਅਸੀਂ ਐਥੀ ਗਲਤੀਆਂ ਹੋ ਗਈਆਂ ਜੀ ਕਿਹੜੀਆਂ ਜੀ ਪਤਾ ਨਹੀਂ ਜੀ ਕੀ ਕਰਨਾ ਜੀ ਮਾਫ਼ੀ ਮੰਗਣਾ ਆਇਆ ਜੀ ਕਾਹਦੀ ਜੀ ਗਲਤੀਆਂ ਦੀ ਆਇਆ ਜੀ ਗਲਤੀਆਂ ਇਹ ਨਹੀਂ ਪਤਾ ਜੀ ਆਹ ਹਾਲ ਤੈਨੂੰ ਰੱਬ ਦੇਖਦਾ ਆਪੇ ਦੇਖਦਾ ਨੱਕ ਸੁੰਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਮੱਤ ਬੱਜੀ ਪਰਮਾਤਮਾ ਦੇਖਦਾ ਉਹਦੀ ਕਚਹਿਰੀ 'ਚੋਂ ਕੋਈ ਬਰੀ ਨਹੀਂ ਹੁੰਦਾ ਇੱਥੇ ਕਚਹਿਰੀਆਂ 'ਚ ਤੁਸੀਂ ਵਕੀਲ ਮਹਿੰਗੇ ਕਰ ਲਓਗੇ ਗਵਾਹਾਂ ਨੂੰ ਵੀ ਮੁਕਰਾ ਸਕਦੇ ਹੋ ਜੇ ਪੈਸੇ ਨੇ ਭਾਈ ਤੁਹਾਡੇ ਕੋਲ ਤੁਸੀਂ ਕੇਸ ਵੀ ਉਲਝਾ ਸਕਦੇ ਹੋ ਪਰ ਜਿਹੜੀ ਰੱਬ ਦੀ ਕਚਹਿਰੀ ਹੈ ਉੱਥੇ ਅਮਲਾਂ ਦੇ ਹੁੰਦੇ ਨੇ ਨਵੇੜੇ ਕਿਸੇ ਨੇ ਤੇਰੀ ਜਾਤ ਪੁੱਛਣੀ ਸੋ ਉੱਥੇ ਅਮਲਾਂ ਦੇ ਨਵੇੜੇ ਹੋਣਗੇ ਚੰਗੇ ਕਰ ਜਾਓਗੇ ਤਾਂ ਤੁਹਾਡਾ ਨਵੇੜਾ ਹੱਕ 'ਚ ਹੋ ਜਾਊਗਾ ਨਹੀਂ ਚਲੋ ਤਾਂ ਉੱਥੇ ਦੋ ਚੁੱਕ ਉੱਥੇ ਵੀ ਪਏ ਨੇ ਫਿਰ ਸੋ ਇਸ ਕਰਕੇ ਚੰਗੇ ਕੰਮ ਕਰਨੀ ਹੈ